ਸਾਇੰਸ ਇਹਨਾਂ ਗੱਲਾਂ ਨੂੰ ਨਹੀਂ ਮੰਨੇਗੀ ਪਰ ਇਹ ਪ੍ਰਤੱਖ ਨਜ਼ਾਰਾ ਸਿੱਖ ਪੰਥ ਦੇ ਅੰਦਰ ਸਿੱਖ ਧਰਮ ਦੇ ਅੰਦਰ ਵਾਪਰਿਆ ਉਸ ਵੇਲੇ ਇਸ ਨਜ਼ਾਰੇ ਨੂੰ ਲੋਕਾਂ ਨੇ ਆਪਣੀ ਅੱਖੀਂ ਦੇਖਿਆ ਕੋਈ ਬੰਦਾ ਕੋਈ ਸ਼ਖਸ ਬਿਨਾਂ ਖੋਪੜੀ ਦੇ 22 ਦਿਨਾਂ ਤੱਕ ਜਿੰਦਾ ਰਹੇ ਇਹ ਕਿਵੇਂ ਹੋ ਸਕਦਾ ਹੈ ਪਰ ਇਹ ਇਤਿਹਾਸ ਹੈ ਇਤਿਹਾਸ ਦੀ ਉਹ ਘਟਨਾ ਹੈ ਜਿਦੇ ਵਰਗੀ ਦੂਸਰੀ ਕੋਈ ਮਿਸਾਲ ਸੰਸਾਰ ਦੇ ਇਤਿਹਾਸ ਦੇ ਵਿੱਚ ਨਹੀਂ ਮਿਲਦੀ ਸਿੱਖੀ ਦੇ ਲਈ ਇਤਨਾ ਪਿਆਰ ਇਤਨਾ ਜਜ਼ਬਾ ਕਿ ਕੇਸ ਕਤਲ ਕਰਾਉਣ ਦੀ ਥਾਂ ਕੇਸਾਂ ਸਮੇਤ ਆਪਣੀ ਖੋਪਰੀ ਉਤਰਵਾ ਲਈ ਐਸੇ ਸੂਰਬੀਰ ਯੋਧੇ ਸਿੱਖੀ ਸਿਧਕ ਨਿਭਾਉਣ ਵਾਲੇ ਸਿਦਕੀ ਸਿੱਖ ਕੀਰਤ ਕਰੋ ਨਾਮ ਜਪੋ ਵੰਡ ਛਕੋ ਦੇ ਸਿਧਾਂਤਾਂ ਦੇ ਉੱਤੇ ਪਹਿਰਾ ਦੇਣ ਵਾਲੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਅਦੁੱਤੀ ਸ਼ਹਾਦਤ ਨੂੰ ਅਸੀਂ ਸਿਨਮਰ ਸੀਤਾ ਕਰਦੇ ਆਂ ਗੱਲ ਉਸ ਵੇਲੇ ਦੀ ਜਦੋਂ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਹੋਈ ਬੰਦ-ਬੰਦ ਕੱਟ ਕੇ ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ ਔਰ ਐਲਾਨ ਕਰ ਦਿੱਤਾ ਗਿਆ ਕਿ ਜਿੱਥੇ ਵੀ ਕੋਈ ਸਿੱਖ ਨਜ਼ਰ ਆਵੇ ਉਸ ਦਾ ਸਿਰ ਕਲਮ ਕਰ ਦਿੱਤਾ ਜਾਏ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਗੇ ਮੁੱਲ ਚੇਤੇ ਰੱਖੀਏ ਮੁੱਲ ਹਮੇਸ਼ਾ ਕੀਮਤੀ ਵਸਤੂ ਦਾ ਪੈਂਦਾ ਹੈ ਮਿੱਟੀ ਦਾ ਮੁੱਲ ਨਹੀਂ ਪੈਂਦਾ ਕਦੇ ਜ਼ਾਲਮ ਮੁਗਲ ਹਕੂਮਤ ਨੇ ਇਤਨਾ ਤਸ਼ੱਦਦ ਕੀਤਾ ਕਿ ਸਿੱਖ ਜਿਹੜੇ ਨੇ ਉਹ ਜੰਗਲਾਂ ਦੇ ਵਿੱਚ ਪਹਾੜਾਂ ਦੀਆਂ ਕੰਧਰਾਂ ਦੇ ਵਿੱਚ ਲੁਕੇ ਸਰਵਾਈਵ ਕਰਨ ਦੇ ਲਈ ਡਰ ਕੇ ਨਹੀਂ ਉਹਨਾਂ ਦੇ ਕੋਲ ਅਜੀਹਾ ਖਜ਼ਾਨਾ ਸੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਿੱਤੇ ਹੋਏ ਉਹ ਬਚਨ ਹਨੇ ਹਨੇ ਪਾਤਸ਼ਾਹੀ ਦੇ ਉਹ ਬਚਨ ਕਿ ਸਿੱਖ ਰਾਜ ਕਰੇਗਾ ਉਹਨਾਂ ਬਚਨਾਂ ਨੂੰ ਆਪਣੇ ਅੰਦਰ ਸੰਭਾਲ ਕੇ ਰੱਖਦੇ ਆ ਲੁਕ ਕੇ ਸਰਵਾਈਵ ਕੀਤਾ ਉਹਨਾਂ ਦਿਨਾਂ ਦੇ ਅੰਦਰ ਹਕੂਮਤ ਨੇ ਇਹ ਐਲਾਨ ਕਰ ਦਿੱਤਾ ਕਿ ਸਿੱਖ ਖਤਮ ਹੋ ਗਏ ਨੇ ਪਰ ਜਿਸ ਵੇਲੇ ਸਿੱਖਾਂ ਨੂੰ ਲੋੜ ਹੁੰਦੀ ਸਿੱਖ ਜੰਗਲਾਂ ਚੋਂ ਬਾਹਰ ਆਉਂਦੇ ਪਹਾੜਾਂ ਦੀਆਂ ਕੰਧਰਾਂ ਚੋਂ ਨਿਕਲਦੇ ਆਪਣੀ ਜੋ ਲੋੜ ਹੈ ਜੋ ਰਾਸ਼ਨ ਪਾਣੀ ਦੀ ਉਸ ਨੂੰ ਪੂਰਾ ਕਰਦੇ ਔਰ ਫੇਰ ਵਾਪਸ ਜੰਗਲਾਂ ਦੇ ਵਿੱਚ ਜਾ ਲੁਕਦੇ ਹਕੂਮਤ ਪ੍ਰੇਸ਼ਾਨ ਹੋਈ ਇਹ ਕਿੱਥੇ ਨੇ ਇਹ ਕਿਦਾਂ ਜਿਉਂਦੇ ਆ ਜੰਗਲਾਂ ਦੇ ਵਿੱਚ ਇਹਨਾਂ ਨੂੰ ਲੰਗਰ ਪਾਣੀ ਕਿੱਥੋਂ ਮਿਲਦਾ ਹੈ ਇਹ ਕਿਦਾਂ ਸਰਵਾਈਵ ਕਰ ਰਹੇ ਨੇ ਉਹਨਾਂ ਦਿਨਾਂ ਦੇ ਵਿੱਚ ਪੂਲਾ ਪਿੰਡ ਦੇ ਅੰਦਰ ਇੱਕ ਗੁਰੂ ਕਾ ਸਿੱਖ ਜੋ ਖੇਤੀ ਕਰਦਾ ਸਾਰੇ ਪਿੰਡ ਵਾਲੇ ਉਸ ਨੂੰ ਪਿਆਰ ਸਤਿਕਾਰ ਦਿੰਦੇ ਨੇ ਉਹ ਸਾਰਿਆਂ ਦਾ ਹਰਮਨ ਪਿਆਰਾ ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹ ਪਿਆਰਾ ਸਿੱਖ ਭਾਈ ਤਾਰੂ ਸਿੰਘ ਭਾਈ ਤਾਰੂ ਸਿੰਘ ਉਹ ਸ਼ਖਸੀਅਤ ਉਹ ਪਿਆਰ ਵਾਲੀ ਰੂਹ ਜੋ ਸਾਰਾ ਦਿਨ ਖੇਤੀ ਕਰਕੇ ਮਿਹਨਤ ਕਰਕੇ ਅਨਾਜ ਉਗਾਉਣਾ ਆਪ ਭੁਜੇ ਛੋਲੇ ਖਾ ਲੈਣੇ ਪਰ ਸਿੰਘਾਂ ਦੇ ਲਈ ਲੰਗਰ ਪ੍ਰਸ਼ਾਦਾ ਤਿਆਰ ਕਰਨਾ ਔਰ ਇਸ ਮਹਾਨ ਸੇਵਾ ਦੇ ਵਿੱਚ ਉਹਨਾਂ ਦੀ ਮਾਤਾ ਜੀ ਤੇ ਭੈਣ ਤਾਰਕੋਰ ਉਹਨਾਂ ਦਾ ਯੋਗਦਾਨ ਪੂਰਾ ਹੁੰਦਾ ਢਾਣਿਆਂ ਦਾ ਆਟਾ ਪੀਣਾ ਦਾਲ ਤਿਆਰ ਕਰਨੀ ਪ੍ਰਸ਼ਾਦੇ ਬਣਾਉਣੇ ਤੇ ਭਾਈ ਤਾਰੂ ਸਿੰਘ ਜੀ ਨੇ ਉਹ ਪ੍ਰਸ਼ਾਦੇ ਸਿੰਘਾਂ ਤੱਕ ਪਹੁੰਚਾਣੇ ਪਰ ਉਸ ਪਿੰਡ ਦਾ ਜਿਹੜਾ ਚੌਧਰੀ ਸੀ ਹਰ ਭਗਤ ਨਿਰੰਜਨੀਆਂ ਉਸ ਨੂੰ ਇਸ ਗੱਲ ਤੋਂ ਬਹੁਤ ਤਕਲੀਫ ਸੀ ਉਸ ਨੇ ਦਾਕੇ ਜਕਰੀਆ ਖਾਨ ਨੂੰ ਇਹ ਸ਼ਿਕਾਇਤ ਕਰ ਦਿੱਤੀ ਤੇ ਗੁਰੂ ਸਾਹਿਬ ਜੀ ਨੇ ਇਸ ਸਿੱਖ ਨੂੰ ਪਿੰਡ ਦੇ ਵਿੱਚੋਂ ਕੈਦ ਕਰ ਲਿੱਤਾ ਗਿਆ ਕਿਹਾ ਗਿਆ ਕਿ ਇਸਲਾਮ ਧਰਮ ਕਬੂਲ ਕਰ ਲੈ ਇਸਲਾਮ ਦੇ ਵਿੱਚ ਆ ਜਾ ਤੈਨੂੰ ਬਖਸ਼ ਦਿੱਤਾ ਜਾਏਗਾ ਪਰ ਭਾਈ ਤਾਰੂ ਜੀ ਕਹਿਣ ਲੱਗੇ ਮੈਨੂੰ ਆਪਣੀ ਸਿੱਖੀ ਆਪਣੇ ਕੇਸ ਸਵਾਸਾਂ ਨਾਲੋਂ ਆਪਣੀ ਜਾਨ ਨਾਲੋਂ ਵੀ ਜ਼ਿਆਦਾ ਪਿਆਰੇ ਨੇ ਜਿਸ ਵੇਲੇ ਪਾਈ ਸਾਹਿਬ ਜੀ ਨੇ ਦੋ ਤਿੰਨ ਵਾਰ ਇਹ ਗੱਲ ਕਹੀ ਤਾਂ ਉਹ ਮੁਗਲ ਜ਼ਾਲਮ ਗੁੱਸੇ ਦੇ ਵਿੱਚ ਆ ਗਿਆ ਉਸ ਨੇ ਕਿਹਾ ਤੈਨੂੰ ਇਨ੍ਹਾਂ ਤੇ ਇਨ੍ਹਾਂ ਕੇਸਾਂ ਦੇ ਉੱਤੇ ਬੜਾ ਮਾਣ ਹੈ ਮੈਂ ਤੇਰੀ ਏਕੀ ਹੀ ਖਤਮ ਕਰ ਦਿਆਂਗਾ ਭਾਈ ਤਾਰੋ ਸਿੰਘ ਜੀ ਨੇ ਕਿਹਾ ਕਿ ਇਹ ਕੇਸ ਮੇਰੇ ਗੁਰੂ ਦੀ ਮੋਹਰ ਨੇ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿੱਧਕ ਨਾ ਜਾਏ ਇਤਿਹਾਸ ਦੇ ਵਿੱਚ ਜ਼ਿਕਰ ਹੁੰਦਾ ਹੈ ਕਿ ਪਾਈਤਾਰੂ ਸਿੰਘ ਜੀ ਦੀ ਜਿਹੜੀ ਖੋਪਰੀ ਹੈ ਉਹ ਕੇਸਾਂ ਸਮੇਤ ਉਤਾਰੀ ਗਈ ਪਾਈਤਾਰੂ ਸਿੰਘ ਜੀ ਬਿਨਾਂ ਖੋਪਰੀ ਦੇ 22 ਦਿਨ ਜਿਉਂਦੇ ਰਹੇ ਖਾਲਾ ਕੀ ਆਪਣੇ ਵੱਲੋਂ ਮੁਗਲਾਂ ਨੇ ਭਾਈ ਤਾਰੂ ਸਿੰਘ ਜੀ ਨੂੰ ਖਤਮ ਕਰਕੇ ਮਾਰ ਕੇ ਇੱਕ ਗਹਿਰੀ ਖਾਈ ਦੇ ਵਿੱਚ ਸੁੱਟ ਦਿੱਤਾ ਸੀ ਪਰ ਜਿਸ ਵੇਲੇ ਸਿੱਖਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਉਹਨਾਂ ਨੂੰ ਉੱਥੋਂ ਦੀ ਸੰਭਾਲ ਲਿਆ ਔਰ ਉਹਨਾਂ ਦੀ ਖੋਪਰੀ ਦੇ ਉੱਤੇ ਉਸ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਉਹਦੇ ਉੱਤੇ ਉਸ ਵੇਲੇ ਜਿਹੜੀ ਦੇਸੀ ਦਵਾਈ ਸੀ ਹਲਦੀ ਦਾ ਲੇਪ ਉਹ ਲਗਾਇਆ ਭਾਈ ਤਾਰੂ ਸਿੰਘ ਜੀ ਉਸ ਕਾਲਪੁਰ ਪਰਮਾਤਮਾ ਦਾ ਸਿਮਰਨ ਕਰਦੇ ਉਹਦੀ ਭਜਨ ਬੰਦਗੀ ਦੇ ਵਿੱਚ ਨਾਮ ਦੇ ਵਿੱਚ ਜੁੜੇ ਰਹਿੰਦੇ ਕਿਉਂਕਿ ਇਧਰ ਜਕਰੀਆ ਖਾਨ ਜਿਸ ਨੇ ਭਾਈ ਤਾਰੂ ਸਿੰਘ ਜੀ ਦੇ ਉੱਤੇ ਇਤਨਾ ਜੁਰਮ ਕੀਤਾ ਸੀ ਉਸਨੇ ਗੁੱਸੇ 'ਚ ਆ ਕੇ ਭਾਈ ਤਾਰੂ ਸਿੰਘ ਜੀ ਨੂੰ ਸਭ ਤੋਂ ਭਿਆਨਕ ਮੌਤ ਦੇਣ ਦੀ ਗੱਲ ਕੀਤੀ ਸੀ ਤੇ ਭਾਈ ਤਾਰੂ ਸਿੰਘ ਜੀ ਨੇ ਕਿਹਾ ਸੀ ਕਿ ਤੈਨੂੰ ਮੌਤ ਦੇ ਕੇ ਹੀ ਮੈਂ ਇੱਥੋਂ ਜਾਵਾਂਗਾ ਮੇਰੀ ਜੁੱਤੀ ਜਿਹੜੀ ਏ ਉਹ ਤੈਨੂੰ ਖਤਮ ਕਰੇਗੀ ਔਰ ਇਹ ਸੱਚ ਹੋਇਆ ਪਾਈਤਾਰੂ ਸਿੰਘ ਆਪਣੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾ ਗਏ ਪਰ ਉਸ ਤੋਂ ਪਹਿਲਾਂ 22 ਦਿਨ ਬਿਨਾ ਖੋਪੜੀ ਦੇ ਜਿੰਦੇ ਰਹਿੰਦੇ ਹੋਏ ਉਹਨਾਂ ਨੇ ਜਕਰੀਆ ਖਾਨ ਨੂੰ ਆਪਣੀ ਜਿਹੜੀ ਜੁੱਤੀ ਪਿਜਵਾਈ ਉਹਦੇ ਇਲਾਜ ਦੇ ਲਈ ਉਹਦੇ ਸਿਰ ਦੇ ਵਿੱਚ ਪਾਈ ਤਾਰੂ ਸਿੰਘ ਜੀ ਦੀ ਜੁੱਤੀ ਮਾਰੀ ਜਾਂਦੀ ਸੀ ਉਸ ਨੂੰ ਐਸਟੀ ਬਿਮਾਰੀ ਹੋ ਗਈ ਸੀ ਐਸਾ ਰੋਗ ਹੋ ਗਿਆ ਸੀ ਕਿ ਉਹਦੇ ਸਿਰ ਦੇ ਵਿੱਚ ਜੋ ਜੁੱਤੀ ਮਾਰਦੇ ਸੰ ਤਾਂ ਉਸ ਨੂੰ ਪਿਸ਼ਾ ਪਾਂਦਾ ਸੀ ਔਰ ਪਾਈ ਤਾਰੂ ਸਿੰਘ ਜੀ ਦੀਆਂ ਜੁੱਤੀਆਂ ਜੜੀਆਂ ਨੇ ਉਹ ਖਾ ਕੇ ਉਹ ਨਰਕ ਦਾ ਰਸਤਾ ਫੜ ਗਿਆ ਉਹਦੇ ਬਾਅਦ ਪਾਈ ਤਾਰੂ ਸਿੰਘ ਜੀ 22ਵੇਂ ਦਿਨ ਉਸ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਦੇ ਵਿੱਚ ਜਾ ਬਿਰਾਜੇ। ਸ਼ਹੀਦ ਦਾ ਉੱਚਾ ਰੁਤਬਾ ਪ੍ਰਾਪਤ ਕਰ ਗਏ। ਅੱਜ ਪਾਈਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ। ਆਓ। ਪਾਈਤਾਰੂ ਸਿੰਘ ਜੀ ਦੀ ਸ਼ਹਾਦਤ ਤੋਂ ਉਹਨਾਂ ਦੇ ਜੀਵਨ ਤੋਂ ਉਹਨਾਂ ਦੇ ਸਿੱਖੀ ਸਿਧਕ ਤੋਂ ਸਿੱਖੀ ਪਿਆਰ ਤੋਂ ਅਸੀਂ ਪ੍ਰੇਰਣਾ ਲਈਏ। ਅੱਜ ਜਿਹੜੇ ਸਾਡੇ ਕੁਝ ਵੀਰ ਕੁਝ ਨੌਜਵਾਨ ਸਿੱਖੀ ਤੋਂ ਪਤਿਤ ਹੋ ਰਹੇ ਨੇ, ਕੇਸਾਂ ਦਾ ਕਤਲ ਕਰ ਰਹੇ ਨੇ। ਉਹਨਾਂ ਨੂੰ ਸਮਝਾਈਏ। ਇਹ ਇਸ ਗੁਰੂ ਦੀ ਮੋਹਰ ਨੇ ਸਾਡੀ ਪਛਾਣ ਲਈ ਇਹਨਾਂ ਕਰਕੇ ਹੀ ਸਾਡੀ ਸਰਦਾਰੀ ਹੈ ਇੱਕ ਵਾਰ ਫੇਰ ਸਿੱਖ ਫੈਕਟਰੀ ਸਮੁੱਚੀ ਟੀਮ ਵੱਲੋਂ ਭਾਈ ਤਾਰੂ ਸਿੰਘ ਜੀ ਦੀ ਮਹਾਨ ਸ਼ਹਾਦਤ ਨੂੰ ਸਤਿਮਰ ਸਿੱਤਾ ਕਰਦੇ ਹਾਂ